ਸਾਡਾ ਡੀ ਡੀ ਪੰਜਾਬੀ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਕਾਨੂੰਨੀ ਨੁਕਤੇ 'ਚ ਬਹੁਤ ਬਹੁਤ ਸਵਾਗਤ ਹੈ। ਦੋਸਤੋ, ਸਾਡੇ ਅੱਜ ਦੇ ਪ੍ਰੋਗਰਾਮ ਦਾ ਵਿਸ਼ਾ ਰਹੇਗਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਅੱਜ ਦੇ ਮਾਹਰ ਨੇ ਐਡਵੋਕੇਟ ਮਨਮੀਤ ਸਿੰਘ ਜੀ। ਮਨਮੀਤ ਸਿੰਘ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਕੰਵਰਜੀਤ ਜੀ, ਬਹੁਤ ਬਹੁਤ ਧੰਨਵਾਦ ਮੈਨੂੰ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨ ਦੇ ਲਈ। ਦੋਸਤੋ, ਅੱਜ ਦੇ ਪ੍ਰੋਗਰਾਮ ਦਾ ਸਿਲਸਿਲਾ ਅੱਗੇ ਵਧਾਉਂਦੇ ਹਾਂ ਤਾਂ ਸਭ ਤੋਂ ਪਹਿਲੇ ਆਪਣੇ ਅੱਜ ਦੇ ਮਾਹਰ ਨੂੰ ਆਪਾਂ ਪੁੱਛਦੇ ਹਾਂ ਕਿ ਜਿਹੜਾ ਕਾਨੂੰਨ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਇਸ ਤੋਂ ਕੀ ਭਾਵ ਹੈ ਜੀ? ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਇਹ ਜੋ ਕਾਨੂੰਨ ਹੈ, ਇਹ CRPC ਜੋ ਪਹਿਲਾਂ ਪ੍ਰੋਸੀਜਰਲ ਲਾਅ ਚੱਲ ਰਿਹਾ ਸੀ ਭਾਰਤ ਦੇ ਵਿੱਚ ਕ੍ਰਿਮੀਨਲ ਜਸਟਿਸ ਸਿਸਟਮ ਨੂੰ ਲੈ ਕੇ, ਕੋਰਟਸ ਦੀ ਕਾਰਵਾਈ ਨੂੰ ਲੈ ਕੇ, ਉਹਨੂੰ ਇਸ ਕਾਨੂੰਨ ਨੇ ਰੀਪਲੇਸ ਕੀਤਾ ਹੈ, ਕਿਉਂਕਿ ਉਸ ਕਾਨੂੰਨ ਦੇ ਵਿੱਚ ਕੁਝ ਕਮੀਆਂ ਪੇਸ਼ੀਆਂ ਸੀ। ਜਿਵੇਂ ਹੁਣ ਮਾਡਰਨ ਯੁੱਗ ਚੱਲ ਰਿਹਾ, ਟੈਕਨੋਲੋਜੀ ਦਾ ਯੁੱਗ ਚੱਲ ਰਿਹਾ, ਕੁਝ ਟੈਕਨੋਲੋਜੀ ਦੀ ਨਵੀਂ ਵਰਤੋਂ ਕਰਨੀ ਹੈ ਕੋਰਟਸ ਦੇ ਵਿੱਚ, ਉਸ ਨੂੰ ਲੈ ਕੇ ਕੁਛ ਇਸ ਗੱਲ ਕਰਕੇ ਵੀ ਜਸਟਿਸ ਆ ਜਿਹੜਾ ਉਹ ਡਿਲੇਅ ਹੋ ਰਿਹਾ ਸੀਗਾ, ਲੋਕਾਂ ਨੂੰ ਟਾਈਮ ਸਿਰ ਨਿਆਂ ਨਹੀਂ ਮਿਲ ਰਿਹਾ ਸੀ, ਉਸ ਚੀਜ਼ ਨੂੰ ਦੂਰ ਕਰਨ ਦੇ ਲਈ ਅਤੇ ਲੋਕਾਂ ਨੂੰ ਜਲਦੀ ਨਿਆਂ ਦਿਵਾਉਣ ਵਾਸਤੇ ਭਾਰਤੀ ਸੁਰੱਖਿਆ ਸੰਹਿਤਾ, ਨਾਗਰਿਕ ਸੁਰੱਖਿਆ ਸੰਹਿਤਾ ਜਿਹੜੀ ਆ ਉਹਨੂੰ ਲਾਗੂ ਕੀਤਾ ਗਿਆ ਹੈ। ਠੀਕ ਹੈ ਜੀ। ਇਹ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕੀਤਾ ਕਿ ਦੱਸਿਆ ਕਿ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹੈ ਕਿ ਪ੍ਰੋਸੀਜਰਲ ਲਾਅ ਹੈ, ਥੋੜ੍ਹਾ ਜਿਹਾ ਹੋਰ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਇਹ ਦੱਸੋ ਕਿ ਪ੍ਰੋਸੀਜਰਲ ਲਾਅ ਤੋਂ ਕੀ ਭਾਵ ਹੈ ਕਿ ਇਹ ਜਿਹੜਾ ਕਾਨੂੰਨ ਹੁੰਦਾ ਹੈ, ਇਹ ਕੋਰਟਾਂ ਦੀ ਜਿਹੜੀ ਰੋਜ਼ ਦਾ ਜਿਹੜਾ ਕੰਮਕਾਰ ਹੈ ਉਹਦੇ ਲਈ ਹੁੰਦਾ ਹੈ ਕਿ ਆਮ ਲੋਕਾਂ ਦੇ ਉੱਤੇ ਵੀ ਇਹਦਾ ਅਸਰ ਪੈਂਦਾ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ ਜੀ। ਖਬਰਜੀਤ ਜੀ, ਦੋ ਤਰ੍ਹਾਂ ਦੇ ਕਾਨੂੰਨ ਹੁੰਦੇ ਆ, ਇੱਕ ਸਬਸਟੈਂਟਿਵ ਲਾਅ ਹੁੰਦਾ, ਇੱਕ ਪ੍ਰੋਸੀਜਰਲ ਲਾਅ ਹੁੰਦਾ। ਸਬਸਟੈਂਟਿਵ ਲਾਅ ਦੇ ਵਿੱਚ ਕੋਈ ਵੀ ਕਾਨੂੰਨ ਹੈ ਉਹ ਦੱਸਦਾ ਵੀ ਕੀ ਜੁਰਮ ਹੈ ਤਾਂ ਉਹਦੀ ਕੀ ਸਜ਼ਾ ਹੈ, ਅਤੇ ਜਿਹੜਾ ਪ੍ਰੋਸੀਜਰਲ ਲਾਅ ਹੁੰਦਾ ਉਹਦੇ ਵਿੱਚ FIR ਰਜਿਸਟਰ ਕਰਨ ਤੋਂ ਲੈ ਕੇ ਇਨਕੁਆਇਰੀ ਕਿਵੇਂ ਹੋਣੀ ਹੈ, ਇਨਵੈਸਟੀਗੇਸ਼ਨ ਕਿਵੇਂ ਹੋਣੀ ਹੈ, ਉਸ ਕੇਸ ਦੇ ਵਿੱਚ ਟ੍ਰਾਇਲ ਕਿਵੇਂ ਚੱਲਣਾ ਹੈ, ਕੋਰਟ ਦੇ ਵਿੱਚ ਐਵੀਡੈਂਸ ਕਿਵੇਂ ਲੀਡ ਕਰਨਾ ਹੈ, ਉਹਦੇ ਤੋਂ ਬਾਅਦ ਕ੍ਰੋਸ ਐਗਜ਼ਾਮੀਨੇਸ਼ਨ, ਅਤੇ ਉਹਦੇ ਤੋਂ ਬਾਅਦ ਜੱਜਮੈਂਟ ਕਿਵੇਂ ਪ੍ਰੋਨਾਊਂਸ ਹੋਣੀ ਹੈ, ਉਹਦੀ ਅਪੀਲ, ਰਿਵੀਜ਼ਨ, ਜੋ ਵੀ ਪ੍ਰੋਸੀਜਰ ਹੈ ਕ੍ਰਿਮੀਨਲ ਲਾਅ ਦੇ ਵਿੱਚ, ਉਹ ਸਾਰਾ ਪ੍ਰੋਸੀਜਰਲ ਲਾਅ ਦੇ ਵਿੱਚ ਸਪੈਸੀਫਿਕਲੀ ਮੈਂਸ਼ਨ ਕੀਤਾ ਹੁੰਦਾ ਹੈ, ਅਤੇ ਇਹ ਇੱਕ ਬਹੁਤ ਹੀ ਮਹੱਤਵਪੂਰਨ ਅੰਗ ਹੈ ਸਾਡੇ ਕ੍ਰਿਮੀਨਲ ਜਰਿਸਪ੍ਰੂਡੈਂਸ ਦਾ। ਸੋ ਕਹਿਣ ਦਾ ਭਾਵ ਹੈ ਕਿ ਫੌਜਦਾਰੀ ਦੇ ਮੁਕੱਦਮੇ ਨਾਲ ਜਿਹੜਾ ਰਿਲੇਟਿਡ ਜਿੰਨੀ ਵੀ ਕਾਰਜਕਾਰੀ ਹੈ, ਚਾਹੇ ਉਹ ਪੁਲਿਸ ਨੇ ਆਪਣੀ ਇਨਕੁਆਇਰੀ ਕਰਨੀ ਹੈ ਜਾਂ ਮਾਣਯੋਗ ਅਦਾਲਤਾਂ ਨੇ ਆਪਣੇ ਫੈਸਲੇ ਸੁਣਾਉਣੇ ਹੈ ਜਾਂ ਕੇਸ ਦੀ ਪੈਰਵੀ ਕਰਨੀ, ਉਹ ਸਾਰੀ ਜਿਹੜੀ ਇਹ ਪ੍ਰੋਸੀਜਰਲ ਜਿਹੜਾ ਲਾਅ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਇਹਦੇ ਮੁਤਾਬਕ ਜਿਹੜੀ ਉਹ ਹੋਣੀ ਹੈ। ਹਾਂਜੀ ਹਾਂਜੀ, ਇਹ ਬਿਲਕੁਲ ਇਸ ਦੇ ਅਕੋਰਡਿੰਗ ਹੀ ਚੱਲਣਾ ਹੈ ਸਾਰਾ ਕੁਝ ਜੀ। FIR ਤੋਂ ਲੈ ਕੇ ਜਦੋਂ ਤੱਕ ਬੰਦੇ ਨੂੰ ਸਜ਼ਾ ਨਹੀਂ ਹੁੰਦੀ ਜਾਂ ਉਹ ਐਕਵਿਟ ਨਹੀਂ ਹੁੰਦਾ, ਉਹਦੀ ਅਪੀਲ ਕਿੱਥੇ ਫਾਈਲ ਹੋਣੀ ਹੈ, ਉਹ ਸਾਰਾ ਇਸ ਕਾਨੂੰਨ ਦੇ ਵਿੱਚ ਉਹ ਲਾਗੂ ਕੀਤਾ ਗਿਆ ਹੈ। ਠੀਕ ਹੈ ਜੀ। ਤੁਸੀਂ ਪਹਿਲਾਂ ਵੀ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜਾ ਨਵਾਂ ਕਾਨੂੰਨ ਲਿਆਉਂਦਾ ਗਿਆ ਹੈ, ਜੋ ਪੁਰਾਣੇ ਕਾਨੂੰਨ ਦੇ ਵਿੱਚ ਕਮੀਆਂ ਪੇਸ਼ੀਆਂ ਸੀ ਉਸ ਨੂੰ ਦੂਰ ਕਰਨ ਲਈ ਹੈ। ਹਾਂਜੀ, ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਹੋਰ ਵਾਧਾ ਕਰੋ ਕਿ ਕਿਹੜੀਆਂ ਇਹੋ ਜਿਹੀਆਂ ਕਮੀਆਂ ਪੇਸ਼ੀਆਂ, ਜਾਂ ਫਿਰ ਆਪਾਂ ਇਸ ਨੂੰ ਇਸ ਤਰੀਕੇ ਨਾਲ ਗੱਲ ਕਰ ਲੈਂਦੇ ਹਾਂ ਕਿ ਜਿਹੜਾ ਨਵਾਂ ਕਾਨੂੰਨ ਲਿਆਉਂਦਾ ਗਿਆ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਇਸ ਦੀਆਂ ਚੋਣਵੀਆਂ ਜਿਹੜੀਆਂ ਗੱਲਾਂ ਕੀ ਹਨ ਜਾਂ ਜ਼ਰੂਰੀ ਇਸ ਦੇ ਕੀ ਅੰਗ ਹਨ ਜੀ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ। ਇਸ ਦੇ ਬਾਰੇ ਕੰਵਰਜੀਤ ਜੀ, ਜੋ ਮੇਨ ਇਸ ਦੇ ਕਾਨੂੰਨ ਦੇ ਪੁਆਇੰਟ ਨੇ, ਉਹ ਇੱਕ ਤਾਂ ਹੈ 0 FIR। ਠੀਕ ਹੈ ਜੀ। ਜੀਰੋ FIR ਹੁਣ ਪੁਲਿਸ ਰਜਿਸਟਰ ਕਰ ਸਕਦੀ ਹੈ ਉਸਨੂੰ, ਔਰ ਜੇ ਕੋਈ ਕੰਪਲੇਨੈਂਟ ਆ ਕੇ ਇਨਫੋਰਮੇਸ਼ਨ ਦਿੰਦਾ ਹੈ ਤਾਂ 0 FIR ਰਜਿਸਟਰ ਕਰਨੀ ਜ਼ਰੂਰੀ ਹੈ। ਠੀਕ ਹੈ ਜੀ। ਦੂਸਰਾ, ਕਿਉਂਕਿ ਇਹ ਟੈਕਨੋਲੋਜੀ ਦਾ ਯੁੱਗ ਹੈ ਅਤੇ ਹੁਣ ਜੋ FIR ਹੈ ਉਹ ਇਲੈਕਟ੍ਰੋਨਿਕ ਮੀਡੀਅਮ ਦੇ ਨਾਲ ਵੀ ਆਪਾਂ ਦਰਜ ਕਰਵਾ ਸਕਦੇ ਹਾਂ। ਠੀਕ ਹੈ ਜੀ। ਅਤੇ ਉਸ ਤੋਂ ਇਲਾਵਾ ਜੋ ਹੈ
ਕੋਈ ਵੀ ਐਵੀਡੈਂਸ ਕਰਵਾਉਣਾ ਆ, ਕੋਈ ਆਰਗੂਮੈਂਟ ਕਰਨੇ ਆ, ਟ੍ਰਾਇਲ ਕਰਨਾ ਹੈ, ਉਹਦੇ ਵਿੱਚ ਵੀ ਟੈਕਨੋਲੋਜੀ ਦੀ ਵਰਤੋਂ ਆ ਉਸ ਕਾਨੂੰਨ ਇਸ ਕਾਨੂੰਨ ਦੇ ਵਿੱਚ ਵਧਾ ਦਿੱਤੀ ਗਈ ਹੈ। ਉਹ ਸਾਰੇ ਇਲੈਕਟ੍ਰੋਨਿਕ ਮੀਡੀਅਮ ਆਪਾਂ ਲੀਗਲੀ ਯੂਜ਼ ਕਰ ਸਕਦੇ ਹਾਂ ਟ੍ਰਾਇਲ ਦੇ ਵਿੱਚ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਇਹ ਜਿਹੜਾ ਨਵਾਂ ਕਾਨੂੰਨ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਇਸ ਦਾ ਜੋ ਸਭ ਤੋਂ ਮੇਨ ਜਿਹੜਾ ਮੋਟਿਵ ਹੈ ਜਾਂ ਓਬਜੈਕਟਿਵ ਹੈ ਉਹ ਹੈ ਕਿ ਜਿਹੜੇ ਭਾਰਤ ਦੇ ਨਾਗਰਿਕ ਹਨ ਜਾਂ ਭਾਰਤ ਦੇ ਬਛਿੰਦੇ ਹਨ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਮਦਦ ਕੀਤੀ ਜਾਵੇ, ਤਾਂ ਕੋਰਟਾਂ ਦਾ ਜਿਹੜਾ ਪ੍ਰੋਸੀਜਰ ਹੈ ਉਸਨੂੰ ਹੋਰ ਸੁਖਾਲਾ ਕੀਤਾ ਜਾਵੇ, ਤਾਂ ਕਿ ਜਿਹੜਾ ਇਹ ਸਾਡਾ ਜਿਹੜਾ ਜਸਟਿਸ ਸਿਸਟਮ ਹੈ ਇਹ ਛੇਤੀ ਤੋਂ ਛੇਤੀ ਜਿਹੜਾ ਨਿਆਂ ਦੇ ਸਕੇ। ਹਾਂਜੀ, ਇਹ ਇਸ ਵਿੱਚ ਜੋ ਨਿਆਂ ਮਿਲਣ ਦੇ ਵਿੱਚ ਦੇਰੀ ਹੁੰਦੀ ਸੀ ਉਸਨੂੰ ਵੀ ਜਿਹੜਾ ਉਹ ਸਾਹਮਣੇ ਰੱਖਿਆ ਗਿਆ ਹੈ। ਉਸ ਇਹ ਕਮੀ ਨੂੰ ਦੂਰ ਕਰਨ ਦੇ ਲਈ ਟ੍ਰਾਇਲ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਨੇ ਜਿਹਨਾਂ ਨੂੰ ਟਾਈਮ ਬਾਉਂਡ ਕੀਤਾ ਗਿਆ ਹੈ, ਅਤੇ ਇਹ ਇੱਕ ਬਹੁਤ ਹੀ ਇੰਪੋਰਟੈਂਟ ਫੈਕਟਰ ਹੈ ਇਸ ਕਾਨੂੰਨ ਦਾ, ਜਿਸ ਦੇ ਨਾਲ ਕਿ ਲੋਕਾਂ ਨੂੰ ਜਲਦੀ ਅਤੇ ਵਧੀਆ ਨਿਆਂ ਮਿਲੇਗਾ। ਠੀਕ ਹੈ ਜੀ। ਇਹ ਰਾਣਾ ਸਾਹਿਬ, ਤੁਸੀਂ ਸਭ ਤੋਂ ਪਹਿਲਾਂ ਇੱਕ ਗੱਲ ਕੀਤੀ ਸੀਗੀ ਜ਼ੀਰੋ FIR ਦੀ, ਕਿ ਇਹ ਜਿਹੜਾ ਨਵਾਂ ਕਾਨੂੰਨ ਬਣਾਇਆ ਗਿਆ ਹੈ ਉਸਦਾ ਇੱਕ ਮੁੱਢ ਹੈ, ਸਭ ਤੋਂ ਜ਼ਰੂਰੀ ਉਹ ਹੈ ਜੀ ਜ਼ੀਰੋ FIR। ਹਾਂਜੀ, ਥੋੜ੍ਹਾ ਜਿਹਾ ਹੋਰ ਵਿਸਥਾਰ ਨਾਲ ਦੱਸੋ ਕਿ ਜ਼ੀਰੋ FIR ਦੀ ਕਿਉਂ ਲੋੜ ਪਈ, ਇਹ ਕਦ ਤੋਂ ਸ਼ੁਰੂ ਹੋਇਆ, ਤਾਂ ਇਸ ਕਾਨੂੰਨ ਦੇ ਵਿੱਚ ਇਸ ਜ਼ੀਰੋ FIR ਦਾ ਜਿਹੜਾ ਪ੍ਰਾਵਧਾਨ ਹੈ ਉਸਨੂੰ ਕਿਉਂ ਕੋਡੀਫਾਈ ਕੀਤਾ ਗਿਆ ਜੀ? ਜ਼ੀਰੋ FIR ਕੰਵਰਜੀਤ ਜੀ, ਇਹ ਕੰਪਲੇਨੈਂਟ ਕਿਸੇ ਵੀ ਥਾਣੇ ਦੇ ਵਿੱਚ ਜਾ ਕੇ ਆਪਣੀ ਜੋ ਕੰਪਲੇਂਟ ਹੈ ਉਹ ਦੇ ਸਕਦਾ ਹੈ, ਭਾਵੇਂ ਉਸ ਪੁਲਿਸ ਸਟੇਸ਼ਨ ਦੇ ਵਿੱਚ ਉਸ ਜੁਰਮ ਨੂੰ ਚਲਾਉਣ ਦੀ ਕੋਈ ਜੁਰਿਸਡਿਕਸ਼ਨ ਹੋਵੇ ਜਾਂ ਨਾ ਹੋਵੇ। ਠੀਕ ਹੈ ਜੀ। ਇਹ ਸਭ ਤੋਂ ਪਹਿਲਾਂ ਜਦੋਂ ਤੁਹਾਨੂੰ ਸ਼ਾਇਦ ਯਾਦ ਹੋਵੇਗਾ, ਨਿਰਭਯਾ ਕਾਂਡ ਜੋ ਕਾਫੀ ਭਾਰਤ ਦੇ ਵਿੱਚ ਇੱਕ ਦੁਖਦ ਘਟਨਾ ਵਾਪਰੀ ਸੀ, ਉਸ ਤੋਂ ਬਾਅਦ ਜਸਟਿਸ JS ਵਰਮਾ ਦੀ ਕਮੇਟੀ ਨੇ ਇਹ ਕਿਹਾ ਸੀਗਾ ਵੀ ਇਹ ਜ਼ੀਰੋ FIR ਰਜਿਸਟਰ ਕਰਨੀਆਂ ਚਾਹੀਦੀਆਂ ਹਨ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਭਾਰਤ ਸਰਕਾਰ ਨੇ ਵੀ ਇਸ ਦੇ ਲਈ ਇੱਕ ਨੋਟੀਫਿਕੇਸ਼ਨ ਕੱਢਿਆ ਸੀ ਵੀ ਜ਼ੀਰੋ FIR ਰਜਿਸਟਰ ਕਰ ਸਕਦੇ ਹਨ। ਠੀਕ ਹੈ ਜੀ। ਪਰ ਜੋ ਪੁਲਿਸ ਅਫੀਸ਼ੀਅਲ ਆ ਜਾਂ ਇਨਵੈਸਟੀਗੇਟਿੰਗ ਏਜੰਸੀਜ਼ ਆ ਉਹ ਹਜੇ ਉਸ ਚੀਜ਼ ਦੇ ਲਈ ਸ਼ਾਇਦ ਤਿਆਰ ਨਹੀਂ ਸਨ ਜਾਂ ਉਹ ਕੋਈ ਵਾਰ ਮਨ੍ਹਾ ਕਰ ਦਿੰਦੇ ਸਨ, ਉਸ ਕਰਕੇ ਜ਼ੀਰੋ FIR ਰਜਿਸਟਰ ਨਹੀਂ ਹੁੰਦੀ ਸੀ। ਠੀਕ ਹੈ ਜੀ। ਅਤੇ ਇਹ CRPC ਦੇ ਵਿੱਚ ਇਹੋ ਜਿਹੀ ਕੋਈ ਵੀ ਪ੍ਰੋਵੀਜ਼ਨ ਨਹੀਂ ਸੀ ਜਿਹਦੇ ਨਾਲ ਜ਼ੀਰੋ FIR ਆਪਾਂ ਜਾ ਕੇ ਪੁਲਿਸ ਨੂੰ ਕਹਿ ਸਕੀਏ ਵੀ ਤੁਸੀਂ ਰਜਿਸਟਰ ਕਰੋ। ਠੀਕ ਹੈ ਜੀ। ਪਰ ਹੁਣ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਬਣੀ ਹੈ ਇਹਦੇ ਵਿੱਚ ਇਹ ਕੋਡੀਫਾਈ ਹੋ ਗਿਆ, ਪੁਲਿਸ ਨੂੰ ਇਹ ਹੁਣ ਰਜਿਸਟਰ ਕਰਨੀ ਹੀ ਪਏਗੀ ਜ਼ੀਰੋ FIR ਜੋ ਹੁੰਦੀ ਹੈ। ਉਸ ਤੋਂ ਬਾਅਦ ਇਹ FIR ਆ ਜਿਸ ਵੀ ਥਾਣੇ ਦੀ ਜੁਰਿਸਡਿਕਸ਼ਨ ਹੋਏਗੀ ਇਹ ਉਸ ਥਾਣੇ ਨੂੰ ਇਨਵੈਸਟੀਗੇਸ਼ਨ ਉਹਦੀ ਟ੍ਰਾਂਸਫਰ ਕਰ ਦਿੱਤੀ ਜਾਏਗੀ। ਸੋ ਕਹਿਣ ਦਾ ਭਾਵ ਹੈ ਕਿ ਕਿਸੇ ਵਿਅਕਤੀ ਦੇ ਨਾਲ ਕੋਈ ਮੰਦਭਾਗੀ ਘਟਨਾ ਘਟ ਜਾਂਦੀ ਹੈ ਜਾਂ ਕੋਈ ਉਸਦੇ ਨਾਲ ਕੋਈ ਜੁਰਮ ਘਟ ਜਾਂਦਾ ਹੈ, ਤਾਂ ਉਹ ਸਭ ਤੋਂ ਨੇੜਲੇ ਥਾਣੇ ਦੇ ਵਿੱਚ ਜਾ ਕੇ ਆਪਣੀ ਜਿਹੜੀ ਉਹ ਕੰਪਲੇਂਟ ਦੇ ਸਕਦਾ ਹੈ, ਚਾਹੇ ਉਸ ਥਾਣੇ ਦੇ ਜਿਹੜੀ ਹੈਗੀ ਹੈ ਜੀ ਜੁਰਿਸਡਿਕਸ਼ਨ ਦੇ ਵਿੱਚ ਵਕੂਆ ਹੋਇਆ ਹੋਵੇ ਨਾ ਹੋਇਆ ਹੋਵੇ। ਹਾਂਜੀ। ਤਾਂ ਇਸ ਤੋਂ ਅਗਲੀ ਗੱਲ ਇਹ ਹੈ ਕਿ ਜਿਹੜੀ ਇਹ ਜ਼ੀਰੋ FIR ਦਾ ਕਨਸੈਪਟ ਹੈ ਕਿ ਇਹ ਕੁਛ ਹੀ ਜਿਹੜੇ ਸੰਗੀਨ ਜੁਰਮਾਂ ਦੇ ਵਿੱਚ ਹੀ ਰੱਖਿਆ ਗਿਆ ਹੈ ਜਾਂ ਕਿਸੇ ਵੀ ਜੁਰਮ ਥੱਲੇ ਜਾਂ ਕਿਸੇ ਵੀ ਧਾਰਾ ਥੱਲੇ ਜਿਹੜੀ ਹੈਗੀ ਹੈ ਜੀ IPC ਦੇ ਜਿਹੜੇ ਹੈਗੇ ਆ ਉਹਦੇ ਵਿੱਚ ਜ਼ੀਰੋ FIR ਕਰਾਈ ਜਾ ਸਕਦੀ ਹੈ ਜੀ? ਇਹ ਜ਼ੀਰੋ FIR ਇਸ ਤਰ੍ਹਾਂ ਦਾ ਐਕਟ ਦੇ ਵਿੱਚ ਕੁਛ ਵੀ ਸਪੈਸੀਫਿਕ ਨਹੀਂ ਕੀਤਾ, ਕਿਸੇ ਵੀ ਓਫੈਂਸ ਦੇ ਲਈ ਜ਼ੀਰੋ FIR ਹੈ ਜੋ ਉਹ ਰਜਿਸਟਰ ਕਰਵਾਈ ਜਾ ਸਕਦੀ ਹੈ ਕਿਸੇ ਵੀ ਥਾਣੇ ਦੇ ਵਿੱਚ। ਠੀਕ ਹੈ ਜੀ। ਤਾਂ ਇਸ ਤੋਂ ਅਗਲੀ ਗੱਲ ਹੈ ਕਿ ਜਿੱਦਾਂ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸਿਆ ਸੀਗਾ ਕਿ ਇੱਕ ਵਾਰ ਜਿਹੜੀ ਜ਼ੀਰੋ FIR ਆ ਜਦੋਂ ਦਰਜ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਥਾਣਾ ਹੈ ਜਿਸ ਦੇ ਵਿੱਚ ਜ਼ੀਰੋ FIR ਹੋਈ ਹੈ ਉਹ ਸੰਬੰਧਿਤ ਥਾਣੇ ਨੂੰ ਜਿਹੜਾ ਹੈ ਉਹ ਜਿਹੜੀ ਹੈ ਕੰਪਲੇਂਟ ਟ੍ਰਾਂਸਫਰ ਕਰ ਦੇਵੇਗਾ।
ਜਦ ਇੱਕ ਵਾਰ ਉਹ ਕੰਪਲੇਂਟ ਉੱਥੇ ਟ੍ਰਾਂਸਫਰ ਹੋ ਜਾਂਦੀ ਹੈ, ਉਸ ਤੋਂ ਬਾਅਦ ਕੋਈ ਖਾਸ ਪ੍ਰੋਸੀਜਰ ਚੱਲਣਾ ਹੈ ਕਿ ਜਾਂ ਜਿਹੜਾ ਰੂਟੀਨ ਦੇ ਵਿੱਚ ਥਾਣੇ ਦਾ ਆਪਣਾ ਇੱਕ ਪ੍ਰੋਸੀਜਰ ਹੈ ਉਹਦੇ ਮੁਤਾਬਕ ਹੀ ਹੈ ਜਿਹੜੀ ਇਸ ਦੀ ਕੰਪਲੇਂਟ ਦੀ ਇਨਕੁਆਇਰੀ ਤੇ ਪੈਰਵਾਈ ਹੋਣੀ ਹੈ ਜੀ? ਫਿਰ ਉਸ ਤੋਂ ਬਾਅਦ ਜੋ ਜਿਹੜੇ ਵੀ ਥਾਣੇ ਦੀ ਉਹ ਜੁਰਿਸਡਿਕਸ਼ਨ ਬਣੇਗੀ, ਜਦੋਂ ਉਹਨੂੰ ਕੰਪਲੇਂਟ ਟ੍ਰਾਂਸਫਰ ਹੋ ਜਾਂਦੀ ਹੈ ਤਾਂ ਫਿਰ ਉਹ ਰੂਟੀਨ ਦੇ ਵਿੱਚ ਉਹਦੀ ਇਨਵੈਸਟੀਗੇਸ਼ਨ ਕਰਕੇ ਉਹ ਕੇਸ ਆ ਜਿਹੜਾ ਮੰਨ ਜੋ ਕੋਰਟ ਦੇ ਵਿੱਚ ਲਿਆਂਦਾ ਜਾਊਗਾ ਅਤੇ ਅੱਗੇ ਵਾਲੀ ਕਾਰਵਾਈ ਆ ਜਿਹੜੀ ਉਹ ਟ੍ਰਾਇਲ ਆ ਉਹ ਸ਼ੁਰੂ ਹੋ ਜਾਏਗਾ। ਠੀਕ ਹੈ ਜੀ। ਆਮ ਤੌਰ 'ਤੇ ਜਦ ਵੀ ਆਪਾਂ ਕਿਸੇ ਪੁਲਿਸ ਥਾਣੇ ਦੇ ਵਿੱਚ ਕੋਈ ਦਰਖਾਸਤ ਦਿੰਦੇ ਹਾਂ ਤਾਂ ਦੋ ਗੱਲਾਂ ਸਾਹਮਣੇ ਹੁੰਦੀਆਂ, ਜਾਂ ਤਾਂ ਪੁਲਿਸ ਕਹਿੰਦੀ ਅਸੀਂ ਇਨਕੁਆਇਰੀ ਕਰਦੇ ਹਾਂ ਜਾਂ ਪੁਲਿਸ ਕਹਿੰਦੀ ਹੈ ਕਿ ਅਸੀਂ ਇਨਵੈਸਟੀਗੇਸ਼ਨ ਚੱਲ ਰਹੀ ਹਾਂ। ਦੋਨਾਂ ਜਿਹੜੀਆਂ ਸ਼ਬਦਾਵਲੀਆਂ ਇਨਕੁਆਇਰੀ ਤਾਂ ਇਨਵੈਸਟੀਗੇਸ਼ਨ 'ਚ ਥੋੜ੍ਹਾ ਫਰਕ ਵੀ ਹੈ ਕਾਨੂੰਨ ਮੁਤਾਬਕ। ਤਾਂ ਸਾਡੇ ਦਰਸ਼ਕਾਂ ਦੀ ਜਾਣਕਾਰੀ 'ਚ ਹੋਰ ਥੋੜ੍ਹਾ ਵਾਧਾ ਕਰੋ ਇਸ ਗੱਲ ਦੱਸ ਕੇ ਕਿ ਜਿਹੜਾ ਨਵਾਂ ਇਹ ਕਾਨੂੰਨ ਬਣਾਇਆ ਗਿਆ ਹੈ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023, ਇਸ ਦੇ ਵਿੱਚ ਪੁਲਿਸ ਨੇ ਜਿਹੜੀ ਇਨਕੁਆਇਰੀ ਕਰਨੀ ਹੈ ਜਾਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ ਉਸ ਦੇ ਵਿੱਚ ਵੀ ਕੋਈ ਬਦਲਾਅ ਲਿਆਂਦਾ ਗਿਆ ਹੈ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਜੀ ਖਬਰ ਜੀ, ਜੇ ਇਸ ਦੇ ਵਿੱਚ ਬਦਲਾਅ ਆਇਆ ਹੈ ਕਿਉਂਕਿ ਹੁਣ ਪੁਲਿਸ ਦੇ ਕੋਲ ਪਾਵਰ ਆ ਚੁੱਕੀ ਹੈ ਵੀ ਕੋਈ ਵੀ ਕੋਗਨੀਜੇਬਲ ਓਫੈਂਸ ਜੇ ਕੋਈ ਹੁੰਦਾ ਹੈ ਠੀਕ ਹੈ ਤਾਂ FIR ਰਜਿਸਟਰ ਕਰਨ ਤੋਂ ਬਾਅਦ ਉਹ 14 ਦਿਨਾਂ ਦੇ ਵਿੱਚ ਵਿੱਚ ਇੱਕ ਪ੍ਰੀਲਿਮਨਰੀ ਇਨਕੁਆਇਰੀ ਆ ਜਿਹੜੀ ਮੁੱਢਲੀ ਜਾਂਚ ਉਹ ਕਰ ਸਕਦੇ ਆ ਅਤੇ ਦੇਖ ਸਕਦੇ ਆ ਵੀ ਇਹਦੇ ਵਿੱਚ FIR ਦੇ ਵਿੱਚ ਕੋਈ ਪ੍ਰਾਈਮਾ ਫਿਸਾਈ ਕੋਈ ਜੁਰਮ ਹੋਇਆ ਵੀ ਹੈ ਜਾਂ ਨਹੀਂ ਹੋਇਆ। ਇਹ ਜਿਹੜੀ ਪਾਵਰ ਆ ਇਹ ਪਹਿਲਾਂ ਪੁਲਿਸ ਦੇ ਕੋਲ ਨਹੀਂ ਸੀ, ਉਹਨਾਂ ਨੇ ਸਿਰਫ ਉਸ ਚੀਜ਼ ਨੂੰ ਇਨਵੈਸਟੀਗੇਟ ਕਰਨਾ ਹੁੰਦਾ ਸੀ। ਹੁਣ ਉਹ ਇਸ ਚੀਜ਼ ਲਈ 14 ਦਿਨਾਂ ਦੇ ਵਿੱਚ ਇੱਕ ਪ੍ਰੀਲਿਮਨਰੀ ਇਨਕੁਆਇਰੀ ਆ ਜਿਹੜੀ ਉਹ ਕਰ ਸਕਦੇ ਆ ਅਤੇ ਜੇ ਉਹਨਾਂ ਨੂੰ ਲੱਗਦਾ ਵੀ ਇਸ ਦੇ ਵਿੱਚ ਕੋਈ ਓਫੈਂਸ ਹੋਇਆ ਤਾਂ ਉਹ ਅੱਗੇ ਉਸ ਦੇ ਵਿੱਚ ਉਹਨੂੰ ਅੱਗੇ ਚਲਾ ਸਕਦੇ ਆ। ਪਰ ਇਹ ਜਿਹੜਾ ਧਾਰਾ ਆ ਇਹ ਸਿਰਫ ਉਸ ਓਫੈਂਸ ਦੇ ਲਈ ਹੈ ਜਿਹਦੇ ਵਿੱਚ ਪਨਿਸ਼ਮੈਂਟ 3 ਸਾਲ ਤੱਕ ਹੈ ਜਾਂ ਮੈਕਸੀਮਮ ਜਿਹੜੀ ਹੈ 7 ਸਾਲ ਤੋਂ ਘੱਟ ਹੈ। ਉਹਨਾਂ ਓਫੈਂਸ ਦੇ ਵਿੱਚ ਪ੍ਰੀਲਿਮਨਰੀ ਇਨਕੁਆਇਰੀ ਆ ਜਿਹੜੀ ਉਹ ਪੁਲਿਸ ਕਰ ਸਕਦੀ ਹੈ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਇੱਕ ਵਾਰ ਕੋਈ ਜਿਹੜਾ ਇਹੋ ਜਿਹਾ ਓਫੈਂਸ ਜਾਂ ਵਾਰਦਾਤ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਪੁਲਿਸ ਆਪਣੀ ਇਨਕੁਆਇਰੀ ਕਰੂਗੀ ਤਾਂ ਉਸ ਤੋਂ ਬਾਅਦ ਜੇ ਪੁਲਿਸ ਨੂੰ ਲੱਗੂਗਾ ਤਾਂ ਪੁਲਿਸ ਜਿਹੜੀ ਹੈ ਅਰੈਸਟ ਪਾਊਗੀ ਜੀ? ਹਾਂਜੀ, ਉਸ ਤੋਂ ਬਾਅਦ ਉਹ ਅਰੈਸਟ ਕਰ ਸਕਦੇ ਆ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਸਿੱਧਾ ਸਿੱਧਾ ਹੁਣ ਜਿਹੜਾ ਅਰੈਸਟ ਵਾਲਾ ਹੈ ਜਿਹੜਾ ਉਹ ਪ੍ਰੋਵੀਜ਼ਨ ਉਹ ਖਤਮ ਕਰ ਦਿੱਤਾ ਗਿਆ ਹੈ ਕਿ ਜਿਹੜੀਆਂ ਧਾਰਾਵਾਂ ਦੇ ਵਿੱਚ 7 ਸਾਲ ਤੋਂ ਘੱਟ ਦੀ ਜਿਹੜੀ ਸਜ਼ਾ ਹੈ। ਹਾਂਜੀ, ਉਹਦੇ ਵਿੱਚ ਸਿੱਧੀ ਅਰੈਸਟ ਆ ਉਹ ਨਹੀਂ ਕਰ ਸਕਦਾ, ਕਰ ਵੀ ਸਕਦੇ ਆ ਪਰ ਉਹ ਪੁਲਿਸ ਕੋਲ ਪਾਵਰ ਆ ਵੀ ਉਹ ਪ੍ਰੀਲਿਮਨਰੀ ਇਨਕੁਆਇਰੀ ਕਰਕੇ ਠੀਕ ਹੈ ਜੀ ਉਹ ਜਾਂਚ ਕਰਨ ਤੋਂ ਬਾਅਦ ਉਹਨਾਂ ਦੀ ਅਰੈਸਟ ਪਾ ਸਕਦੇ। ਠੀਕ ਹੈ ਜੀ। ਉਹ ਕਹਿਣ ਦਾ ਭਾਵ ਹੈ ਕਿ ਪੁਲਿਸ ਪਹਿਲੇ ਇਨਕੁਆਇਰੀ ਕਰ ਸਕਦੀ ਹੈ ਆਪਣੀ ਤਸੱਲੀ ਕਰ ਸਕਦੀ ਹੈ ਉਸ ਤੋਂ ਬਾਅਦ ਹੀ ਜਿਹੜਾ ਅਰੈਸਟ ਵਾਲੇ ਪਾਸੇ ਨੂੰ ਜਾਣਾ ਹੈ। ਮਨਵੀਰ ਜੀ, ਅਸੀਂ ਕਈ ਵਾਰ ਦੇਖਦੇ ਹਾਂ ਕਿ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈ ਜੀ। ਹਾਂਜੀ। ਤਾਂ ਇਸ ਦੇ ਵਿੱਚ ਹਿੰਦੁਸਤਾਨ ਦੇ ਬਹੁਤ ਸਾਰੇ ਸੂਬੇ ਹਨ ਤਾਂ ਅੱਜ ਦਾ ਜਿਹੜਾ ਜ਼ਮਾਨਾ ਹੈ ਕਿ ਲੋਕ ਜਿਹੜੇ ਹੈਗੇ ਆਪਣੇ ਕਿੱਤੇ ਦੇ ਲਈ ਜਾਂ ਆਪਣੇ ਰੋਜ਼ਗਾਰ ਦੇ ਲਈ ਹਿੰਦੁਸਤਾਨ ਦੇ ਅਲੱਗ ਅਲੱਗ ਸੂਬਿਆਂ ਦੇ ਵਿੱਚ ਜਾ ਕੇ ਵੱਸਦੇ ਹਨ ਤਾਂ ਕਈ ਵਾਰ ਇਹੋ ਜਿਹਾ ਹੋ ਜਾਂਦਾ ਹੈ ਕਿ ਘਰ ਉਹਨਾਂ ਦੇ ਕੋਈ ਸਮੱਸਿਆ ਹੋ ਜਾਂਦੀ ਹੈ ਜਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਮੈਟ੍ਰੀਮੋਨੀਅਲ ਡਿਸਪਿਊਟਸ ਹਨ ਉਹਦੇ ਵਿੱਚ ਹੋ ਜਾਂਦਾ ਹੈ ਜਾਂ ਫਿਰ ਕੋਈ ਵਿਅਕਤੀ ਜਿਹੜਾ ਹੈ ਕਿਸੇ ਬਾਹਰਲੇ ਮੁਲਕ ਗਿਆ ਹੋਇਆ ਹੈ ਪਰ ਉਹ ਆਪਣੀ ਇੱਕ ਜਿਹੜੀ ਹੈ ਦਰਖਾਸਤ ਦੇਣਾ ਚਾਹੁੰਦਾ ਹੈ ਕਿ ਉਹ ਆਪਣੀ ਜਿਹੜੀ ਪੁਲਿਸ ਨੂੰ ਦਰਖਾਸਤ ਹੈ ਉਹ ਇਲੈਕਟ੍ਰੋਨਿਕ ਮੀਨਸ ਦੇ ਥਰੂ ਵੀ ਦੇ ਸਕਦੇ ਹਨ ਕਿ ਉੱਥੇ ਜਾ ਕੇ ਹੀ ਥਾਣੇ ਜਿੱਦਾਂ ਪਹਿਲੇ ਕਾਨੂੰਨ ਦੇ ਵਿੱਚ ਸੀਗਾ ਕਿ ਤੁਸੀਂ ਰਿਟਨ ਕੰਪਲੇਂਟ ਦਿਓਗੇ ਤਾਂ ਹੋਊਗਾ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਜਾਣਨ ਪਾਓ ਜੀ। ਇਸ ਕਾਨੂੰਨ ਦੀ ਇੱਕ ਬਹੁਤ ਵੱਡੀ ਵਿਸ਼ੇਸ਼ਤਾ ਹੈ ਵੀ ਇਸ ਵਿੱਚ ਟੈਕਨੋਲੋਜੀ ਦਾ ਯੂਜ਼ ਬਹੁਤ ਜ਼ਿਆਦਾ ਕੀਤਾ ਗਿਆ ਹੈ। ਪਹਿਲਾਂ ਜੋ FIR ਹੁੰਦੀ ਸੀ ਉਹ ਸਿਰਫ ਓਰਲ ਜਾਂ ਰਿਟਨ ਕੰਪਲੇਂਟ ਦੇ ਉੱਤੇ ਪੁਲਿਸ ਥਾਣੇ ਵਿੱਚ ਜਾ ਕੇ ਆਪਾਂ ਨੂੰ ਦੇਣੀ ਪੈਂਦੀ ਸੀ, ਉਸ ਕੰਪਲੇਂਟ ਦੇ ਉੱਤੇ FIR ਹੁੰਦੀ ਸੀ। ਪਰ ਹੁਣ ਇਸ ਕਾਨੂੰਨ ਦੇ ਵਿੱਚ ਇੱਕ ਪ੍ਰਾਵਧਾਨ ਸ਼ਾਮਿਲ ਕੀਤਾ ਗਿਆ ਜਿਸ ਦੇ ਵਿੱਚ ਔਨਲਾਈਨ ਕੰਪਲੇਂਟ ਹੈ ਉਹ ਆਪਾਂ ਫਾਈਲ ਕਰ ਸਕਦੇ ਹਾਂ
ਉਸ ਆਨਲਾਈਨ ਕੰਪਲੇਂਟ ਦੇ ਉੱਤੇ ਪੁਲਿਸ ਨੂੰ ਐਫ ਆਈ ਆਰ ਰਜਿਸਟਰ ਕਰਨੀ ਪਊਗੀ ਸਬਜੈਕਟ ਟੂ ਦਾ ਪ੍ਰੋਵੀਜ਼ਨ ਕਿ ਉਹ ਵਿਦਇਨ 3 ਡੇਜ਼ ਤੁਹਾਨੂੰ ਉਸ ਜਿਹੜੀ ਆਨਲਾਈਨ ਕਮਿਊਨੀਕੇਸ਼ਨ ਆ ਵਿਦਇਨ 3 ਡੇਜ਼ ਤੁਹਾਨੂੰ ਉਹ ਰਾਈਟਿੰਗ ਆ ਜਾਂ ਐਫ ਆਈ ਆਰ ਦੀ ਕਾਪੀ ਆ ਉਹ ਸਾਈਨ ਕਰਨ ਲਈ ਥਾਣੇ ਜਾਣਾ ਪਏਗਾ ਤਾਂ ਕਿ ਕਈ ਵਾਰ ਇੱਦਾਂ ਹੁੰਦਾ ਵੀ ਕਈ ਵਾਰ ਲੋਕ ਆਨਲਾਈਨ ਕੰਪਲੇਂਟ ਕਰ ਦਿੰਦੇ ਆ ਕਿਸੇ ਨੂੰ ਗਲਤ ਕੇਸ ਦੇ ਵਿੱਚ ਫਸਾਉਣ ਲਈ ਜਾਂ ਹਰਾਸ ਕਰਨ ਲਈ ਉਹਦੀ ਵਰੈਸਟੀ ਨੂੰ ਚੈੱਕ ਕਰਨ ਦੇ ਲਈ ਸਿਰਫ ਇਹ ਪ੍ਰੋਵੀਜ਼ਨ ਰੱਖਿਆ ਵੀ ਵਿਦਇਨ 3 ਡੇਜ਼ ਤੁਹਾਨੂੰ ਐਫ ਆਈ ਆਰ ਦੀ ਕਾਪੀ ਆ ਉਹ ਸਾਈਨ ਕਰਨੀ ਪਏਗੀ ਅਤੇ ਉਸ ਤੋਂ ਬਾਅਦ ਐਫ ਆਈ ਆਰ ਰਜਿਸਟਰ ਹੋ ਜਾਏਗੀ। ਠੀਕ ਹੈ ਜੀ। ਤਾਂ ਕਈ ਵਾਰ ਅਸੀਂ ਦੇਖਦੇ ਹਾਂ ਸਮਾਜ ਦੇ ਵਿੱਚ ਕਿ ਪਹਿਲਾਂ ਵੀ ਅਸੀਂ ਅਖਬਾਰਾਂ 'ਚ ਵੀ ਪੜ੍ਹਦੇ ਆਏ ਹਾਂ ਕਿ ਜਦ ਇੱਕ ਵਾਰ ਐਫ ਆਈ ਆਰ ਹੁੰਦੀ ਹੈ ਤਾਂ ਐਫ ਆਈ ਆਰ ਤੋਂ ਬਾਅਦ ਜਿਹੜਾ ਪੁਲਿਸ ਨੂੰ ਜੇ ਲੱਗਦਾ ਹੈ ਤਾਂ ਅਰੈਸਟ ਵੀ ਹੁੰਦੀ ਹੈ। ਹਾਂਜੀ। ਅਰੈਸਟ ਦੇ ਜਿਹੜਾ ਕਾਨੂੰਨ ਸੀਗਾ ਉਹਦੇ ਵਿੱਚ ਕਾਫੀ ਜਿਹੜੀਆਂ ਪਹਿਲੇ ਕਮੀਆਂ ਪੇਸ਼ੀਆਂ ਸੀ। ਹੁਣ ਜਿਹੜਾ ਇਹ ਨਵਾਂ ਕਾਨੂੰਨ ਆਇਆ ਹੈ ਸਾਡਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, ਇਸ ਦੇ ਵਿੱਚ ਅਰੈਸਟ ਜਿਹੜਾ ਇਹ ਕਿਸੇ ਬੰਦੇ ਦੀ ਹੋਣੀ ਹੈ ਉਸ ਦੇ ਰਿਗਾਰਡਿੰਗ ਕੀ ਜਿਹੜੇ ਬਦਲਾਵ ਲਿਆਉਂਦੇ ਗਏ ਹੈ ਜਾਂ ਕੀ ਹੋਰ ਨਵੀਆਂ ਗੱਲਾਂ ਪਾਈਆਂ ਗਈਆਂ ਹਨ ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਜੀ। ਜੋ ਆਪਣਾ CRPC ਸੀ ਉਸ ਦੇ ਵਿੱਚ ਸੈਕਸ਼ਨ 41 ਸੈਕਸ਼ਨ 41A ਦੇ ਵਿੱਚ ਅਰੈਸਟ ਦੇ ਪ੍ਰੋਵੀਜ਼ਨ ਸੀ ਜਿਹੜੇ ਉਹ ਡੀਲ ਹੁੰਦੇ ਸੀ। ਠੀਕ ਹੈ। ਇਸ ਐਕਟ ਦੇ ਵਿੱਚ ਸੈਕਸ਼ਨ 35 ਦੇ ਵਿੱਚ ਅਰੈਸਟ ਦੇ ਪ੍ਰੋਵੀਜ਼ਨ ਆ ਜਿਹੜੇ ਉਹ ਰੱਖੇ ਗਏ ਨੇ। ਠੀਕ ਹੈ ਜੀ। ਅਤੇ ਇਸ ਦੇ ਵਿੱਚ ਜਿਸ ਵੀ ਮੁਜਰਮ ਨੂੰ ਜੇ ਅਰੈਸਟ ਕੀਤਾ ਜਾਂਦਾ ਤਾਂ ਉਹਦੇ ਕੋਲ ਉਹ ਅਧਿਕਾਰ ਹੈ ਕਿ ਉਹ ਆਪਣੇ ਫੈਮਿਲੀ ਜਾਂ ਕਿਸੇ ਦੋਸਤ ਜਾਂ ਕਿਸੇ ਵੀ ਬੰਦੇ ਨੂੰ ਉਹ ਆਪਣੀ ਅਰੈਸਟ ਦੇ ਸੰਬੰਧੀ ਸੂਚਨਾ ਦੇ ਸਕਦਾ ਹੈ ਅਤੇ ਇਸ ਦੇ ਵਿੱਚ ਉਸਦੇ ਵਕੀਲ ਨੂੰ ਵੀ ਸ਼ਾਮਿਲ ਕੀਤਾ ਗਿਆ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਕਦਮ ਹੈ। ਠੀਕ ਹੈ। ਅਤੇ ਉਸ ਤੋਂ ਇਲਾਵਾ ਜੇ ਕਿਸੇ ਔਰਤ ਨੂੰ ਅਰੈਸਟ ਕੀਤਾ ਜਾਂਦਾ ਹੈ ਤਾਂ ਉਹਦੀ ਅਰੈਸਟ ਦੀ ਸੂਚਨਾ ਹੈ ਜਿਹੜੀ ਉਸਦੀ ਫੈਮਿਲੀ ਨੂੰ ਦੇਣੀ ਜ਼ਰੂਰੀ ਕੀਤੀ ਗਈ ਹੈ ਅਤੇ ਉਸਨੂੰ ਕਿਹੜੀ ਜੇਲ੍ਹ ਦੇ ਵਿੱਚ ਰੱਖਿਆ ਹੈ ਇਹ ਵੀ ਜ਼ਰੂਰੀ ਕੀਤਾ ਗਿਆ ਹੈ। ਠੀਕ ਹੈ। ਅਤੇ ਉਸ ਤੋਂ ਇਲਾਵਾ ਇਸ ਐਕਟ ਦੇ ਵਿੱਚ ਜੋ ਹੈਂਡਕਫਿੰਗ ਹੈ ਉਸਨੂੰ ਕੁਛ ਹੱਦ ਤੱਕ ਅਲਾਓ ਕੀਤਾ ਗਿਆ ਹੈ ਜਿਹੜੇ ਹੈਬਿਚੁਅਲ ਅਫੈਂਡਰ ਆ ਜਾਂ ਬਾਰ ਬਾਰ ਜੇ ਕੋਈ ਜੁਰਮ ਕਰ ਰਹੇ ਆ ਜਿਹੜੇ ਸੰਗੀਨ ਅਪਰਾਧਾਂ ਦੇ ਵਿੱਚ ਨੇ ਉਹਨਾਂ ਨੂੰ ਉਹ ਹੈਂਡਕਫ ਕਰਕੇ ਵੀ ਰੱਖਿਆ ਜਾ ਸਕਦਾ ਹੈ। ਠੀਕ ਹੈ ਜੀ। ਇਹ ਤੁਸੀਂ ਵਕੀਲ ਸਾਹਿਬ ਸਾਡੇ ਦਰਸ਼ਕਾਂ ਨੂੰ ਦੱਸਿਆ ਕਿ ਜਿਹੜੀ ਨਵਾਂ ਕਾਨੂੰਨ ਹੈ ਇਸ ਦੇ ਵਿੱਚ ਇੱਕ ਨਵਾਂ ਜਿਹੜਾ ਪ੍ਰੋਵੀਜ਼ਨ ਬਣਾਇਆ ਹੈਗਾ ਜਿਸ ਦੇ ਵਿੱਚ ਜਿਹੜਾ ਵਿਅਕਤੀ ਨੂੰ ਅਰੈਸਟ ਕੀਤਾ ਜਾਂਦਾ ਹੈ ਉਸਨੂੰ ਕੁਛ ਹੱਕ ਦਿੱਤੇ ਗਏ ਹਨ। ਹਾਂਜੀ। ਉਹਨਾਂ ਹੱਕਾਂ ਦੇ ਵਿੱਚੋਂ ਇੱਕ ਇਹ ਹੈ ਕਿ ਉਸਦਾ ਜਿਹੜਾ ਵਕੀਲ ਹੈ ਜਾਂ ਉਸਦਾ ਜਿਹੜਾ ਐਡਵੋਕੇਟ ਹੈ ਉਸਨੂੰ ਵੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਹਾਂਜੀ। ਥੋੜ੍ਹਾ ਜਿਹਾ ਹੋਰ ਇਸ ਗੱਲ ਨੂੰ ਵਿਸਥਾਰ ਨਾਲ ਦੱਸੋ ਕਿ ਉਹ ਕੀ ਇਹੋ ਜਿਹੇ ਹੱਕ ਹਨ ਕਿ ਜਦ ਅਰੈਸਟ ਵੇਲੇ ਉਹ ਜਿਹੜਾ ਵਿਅਕਤੀ ਅਰੈਸਟ ਹੋਇਆ ਆਪਣੇ ਵਕੀਲ ਸਾਹਿਬ ਨੂੰ ਸੂਹ ਕਰ ਸਕਦਾ ਹੈ ਜਾਂ ਵਕੀਲ ਸਾਹਿਬ ਨੂੰ ਮੌਕੇ 'ਤੇ ਬੁਲਾ ਸਕਦਾ ਹੈ ਉਹਦੇ ਬਾਰੇ ਥੋੜ੍ਹਾ ਜਿਹਾ ਹੋਰ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਜੀ। ਕੰਵਰ ਜੀ, ਜਿਵੇਂ ਆਪਾਂ ਵਕਾਲਤ ਦੇ ਪ੍ਰੋਫੈਸ਼ਨ ਦੇ ਵਿੱਚ ਕਈ ਵਾਰ ਦੇਖਿਆ ਹੈ ਵੀ ਸਾਡੇ ਕੋਲ ਕੇਸ ਆਉਂਦੇ ਨੇ ਜਿਹੜੇ ਕਹਿੰਦੇ ਨੇ ਵੀ ਸਾਨੂੰ ਫੜਿਆ ਕਿਤੋਂ ਹੋਰ ਸੀ, ਬਕੂਆ ਹੋਰ ਕੋਈ ਬਣਾ ਕੇ ਅਰੈਸਟ ਪਾ ਕੇ ਅਤੇ ਕੋਰਟ ਦੇ ਵਿੱਚ ਪੇਸ਼ ਕਰਤਾ ਜਾਂ ਸਾਡੇ 'ਤੇ ਝੂਠਾ ਪਰਚਾ ਪੁਲਿਸ ਨੇ ਰਜਿਸਟਰ ਕਰਤਾ, ਅਤੇ ਉਹਦੀ ਸੰਭਾਵਨਾਵਾਂ ਇਸ ਪ੍ਰੋਵੀਜ਼ਨ ਦੇ ਨਾਲ ਕਾਫੀ ਘੱਟ ਜਾਂਦੀ ਹੈ ਕਿਉਂਕਿ ਜਦੋਂ ਹੁਣ ਆਪਣੇ ਐਡਵੋਕੇਟ ਨੂੰ ਕੋਈ ਬੰਦਾ ਇਨਫੋਰਮ ਕਰੇਗਾ ਵੀ ਮੈਨੂੰ ਅਰੈਸਟ ਕਰ ਲਿਆ ਗਿਆ ਹੈ ਤਾਂ ਉਹਦਾ ਐਡਵੋਕੇਟ ਹੈ ਉਸ ਚੀਜ਼ ਦੀ ਪੈਰਵਾਈ ਕਰ ਸਕਦਾ ਹੈ ਥਾਣੇ ਵਿੱਚ ਜਾ ਕੇ, ਉਹਨੂੰ ਪਤਾ ਹੋਏਗਾ ਵੀ ਉਹ ਕਿਹੜੇ ਚੀਜ਼ ਦੇ ਅਫੈਂਸ ਦੇ ਵਿੱਚ ਉਹਨੂੰ ਫੜਿਆ ਗਿਆ ਹੈ ਜਾਂ ਅਰੈਸਟ ਕੀਤਾ ਗਿਆ ਹੈ ਜਾਂ ਡਿਟੇਨ ਕੀਤਾ ਗਿਆ ਹੈ, ਅਤੇ ਉਹ ਉਸਦੀ ਬੇਲ ਹੈ ਜਿਹੜੀ ਉਹ ਸੌਖੇ ਤਰੀਕੇ ਨਾਲ ਉਹ ਅਪਲਾਈ ਕਰ ਸਕਦੇ ਆ। ਇਸ ਨਾਲ ਜਿਹੜਾ ਹੈਗਾ ਫਾਲਸ ਇੰਪਲੀਕੇਸ਼ਨ ਦੀ ਜੋ ਇੱਕ ਥਿਊਰੀ ਚੱਲ ਰਹੀ ਹੁੰਦੀ ਹੈ ਉਹਨੂੰ ਨਿਗੇਟ ਕੀਤਾ ਗਿਆ ਇਸ ਕਾਨੂੰਨ ਦੇ ਨਾਲ।
ਕਹਿਣ ਦਾ ਭਾਵ ਹੈ ਕਿ ਜਿੱਥੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੇ ਵਿੱਚ ਇੱਕ ਛੇਤੀ ਨਿਆਂ ਮਿਲਣਾ ਇੱਕ ਓਬਜੈਕਟਿਵ ਹੈ ਇਸ ਕਾਨੂੰਨ ਦਾ, ਉਸ ਦੇ ਨਾਲ ਇਸ ਜਿਹੜੇ ਕਾਨੂੰਨ ਦੇ ਥਰੂ ਜਿਹੜਾ ਸਾਰਾ ਇਹ ਪ੍ਰੋਸੈਸ ਹੈ ਉਸਨੂੰ ਇੱਕ ਟਰਾਂਸਪੇਰੈਂਟ ਪ੍ਰੋਸੈਸ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਜਿਸ ਦੇ ਵਿੱਚ ਸਾਫ਼ ਸਾਫ਼ ਸਭ ਨੂੰ ਪਤਾ ਲੱਗੇ ਤਾਂ ਕਿਸੇ ਦੇ ਨਾਲ ਵੀ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਲੱਗੇ ਕੋਈ ਗਲਤ ਕੰਮ ਨਹੀਂ ਹੋ। ਹਾਂਜੀ ਹਾਂਜੀ, ਇਹ ਰਾਣਾ ਸਾਹਿਬ ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਅਸੀਂ ਫੋਨ ਦੇ ਉੱਤੇ ਗੱਲ ਕਰਦੇ ਹਾਂ ਜਾਂ ਅਸੀਂ ਵਟਸਐਪ ਅੱਜ ਕੱਲ੍ਹ ਚੱਲਦਾ ਹੈ ਉਹਦੇ ਉੱਤੇ ਮੈਸੇਜ ਕਰਦੇ ਹਾਂ ਜਾਂ ਫੇਸਬੁੱਕ, ਹੋਰ ਬਥੇਰੇ ਜਿਹੜੇ ਇੱਦਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਜਿਹੜੇ ਹੈਗੇ ਨੇ ਜਿਨ੍ਹਾਂ ਦੇ ਥਰੂ ਇੱਕ ਦੂਜੇ ਨਾਲ ਅਸੀਂ ਕਮਿਊਨੀਕੇਟ ਕਰਦੇ ਹਾਂ, ਕੀ ਇਸ ਨਵੇਂ ਕਾਨੂੰਨ ਦੇ ਵਿੱਚ ਇਹ ਜਿਹੜੇ ਇਲੈਕਟ੍ਰੋਨਿਕ ਮੀਡੀਆ ਦੇ ਥਰੂ ਅਸੀਂ ਐਵੀਡੈਂਸ ਜਿਹੜਾ ਇਹ ਕੋਰਟ ਦੇ ਵਿੱਚ ਪੇਸ਼ ਕਰ ਸਕਦੇ ਹਾਂ ਕਿ ਦੇਖੋ ਜੀ ਸਾਨੂੰ ਇਸ ਬੰਦੇ ਨੇ ਵਟਸਐਪ ਦੇ ਉੱਤੇ ਧਮਕੀ ਦਿੱਤੀ ਹੈ ਜਾਂ ਇਸ ਬੰਦੇ ਨੇ ਸਾਨੂੰ ਵਟਸਐਪ ਦੇ ਉੱਤੇ ਕਿਸੇ ਤਰ੍ਹਾਂ ਦਾ ਵਾਅਦਾ ਕੀਤਾ ਸੀ, ਉਹਦੇ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਹੋਰ ਜਾਣਕਾਰੀ ਦਿਓ। ਖਬਰ ਜੀ, ਇਲੈਕਟ੍ਰੋਨਿਕ ਮੀਡੀਅਮਸ ਜਿਹੜੇ ਹੈਗੇ ਆ ਇਸ ਕਾਨੂੰਨ ਦੇ ਵਿੱਚ ਬਖੂਬੀ ਯੂਜ਼ ਕੀਤੇ ਗਏ ਹਨ। ਹਾਂਜੀ, ਕੋਈ ਵੀ ਇਸ ਦੇ ਵਿੱਚ ਜਿਵੇਂ ਸੰਮਨ ਹੁੰਦੇ ਸੀ ਸਰਵਿਸ ਕਰਵਾਉਣੀ ਆ ਕਿਸੇ ਵਿਟਨੈਸ ਨੂੰ ਜਾਂ ਕਿਸੇ ਅਕਿਊਜ਼ ਨੂੰ ਸੰਮਨ ਭੇਜਣੇ ਹਨ, ਉਹ ਸਾਰੇ ਔਨਲਾਈਨ ਮੀਡੀਅਮ ਦੇ ਥਰੂ ਭੇਜੇ ਜਾ ਸਕਦੇ ਹਨ। ਇਹ ਹੁਣ ਇੱਕ ਕੋਡੀਫਾਈ ਹੋ ਗਿਆ, ਆਪਾਂ ਨੂੰ ਪੇਪਰ ਦੇ ਥਰੂ ਜਾਂ ਸੰਮਨ ਜਾਂ ਡਾਕ ਦੇ ਥਰੂ ਸੰਮਨ ਭੇਜਣ ਦੀ ਲੋੜ ਨਹੀਂ ਰਹਿ ਗਈ। ਠੀਕ ਹੈ ਜੀ, ਉਹ ਹੁਣ ਆਪਾਂ ਉਸਦੇ ਵਟਸਐਪ ਨੰਬਰ 'ਤੇ ਜਾਂ ਉਸਦੀ ਰਜਿਸਟਰਡ ਈਮੇਲ ਆਈਡੀ ਜਿਹੜੀ ਹੈਗੀ ਆ ਉਸ ਦੇ ਥਰੂ ਉਹ ਨੰਬਰ ਭੇਜ ਸਕਦੇ ਹਾਂ। ਠੀਕ ਹੈ ਜੀ, ਅਤੇ ਉਸ ਤੋਂ ਇਲਾਵਾ ਪੁਲਿਸ ਜਿਹੜੀ ਇਨਵੈਸਟੀਗੇਟਿੰਗ ਆਫਿਸਰ ਹੈ ਉਹ ਆਡੀਓ ਵੀਡੀਓ ਕਾਨਫਰੰਸ ਦੇ ਥਰੂ ਵੀ ਤੁਹਾਡੀ ਸਟੇਟਮੈਂਟ ਰਿਕਾਰਡ ਕਰ ਸਕਦਾ ਹੈ। ਇਸ ਕਾਨੂੰਨ ਦੇ ਵਿੱਚ ਸੈਕਸ਼ਨ 230 ਹੈ, ਉਹ ਇਹ ਪ੍ਰਾਵਧਾਨ ਕਰਦਾ ਹੈ ਵੀ ਤੁਹਾਡੀ ਸਟੇਟਮੈਂਟ ਰਿਕਾਰਡ ਕੀਤੀ ਜਾ ਸਕਦੀ ਹੈ ਆਡੀਓ ਜਾਂ ਵੀਡੀਓ ਕਾਨਫਰੰਸ ਦੇ ਥਰੂ। ਠੀਕ ਹੈ, ਅਤੇ ਕੋਈ ਵੀ ਪੁਲਿਸ ਰਿਪੋਰਟ ਆ ਜਾਂ ਚਲਾਨ ਜੇ ਕਿਸੇ ਨੇ ਪੇਸ਼ ਕਰਨਾ ਪੁਲਿਸ ਏਜੰਸੀ ਨੇ ਉਸ ਦੀ ਕਾਪੀ ਜਿਹੜੀ ਸਪਲਾਈ ਕਰਨੀ ਆ ਉਹ ਇਲੈਕਟ੍ਰੋਨਿਕ ਮੀਡੀਅਮ ਦੇ ਨਾਲ ਸਪਲਾਈ ਕੀਤੀ ਜਾ ਸਕਦੀ ਹੈ। ਠੀਕ ਹੈ, ਅਤੇ ਉਸ ਤੋਂ ਇਲਾਵਾ ਜਿਹੜਾ ਟ੍ਰਾਇਲ ਦੇ ਵਿੱਚ ਕੋਈ ਵੀ ਐਵੀਡੈਂਸ ਰਿਕਾਰਡ ਹੋਣਾ ਆ, ਕੋਈ ਆਰਗੂਮੈਂਟ ਹੋਣੇ ਆ, ਉਹ ਜਿਹੜੇ ਹੈਗੇ ਆ ਉਹ ਵੀ ਸਾਰੇ ਇਲੈਕਟ੍ਰੋਨਿਕ ਮੀਡੀਅਮ ਦੇ ਥਰੂ ਜਿਹੜਾ ਉਹ ਕੋਰਟ ਰਿਕਾਰਡ ਕਰਵਾ ਸਕਦੀ ਹੈ। ਇਹ ਵੀ ਕਾਨੂੰਨ ਦੇ ਵਿੱਚ ਪ੍ਰਾਵਧਾਨ ਕੀਤਾ ਗਿਆ, ਸੈਕਸ਼ਨ 530 ਇਹਦੇ ਲਈ ਸਪੈਸੀਫਿਕ ਰੱਖਿਆ ਗਿਆ ਹੈ। ਠੀਕ ਹੈ ਜੀ, ਇਹ ਤੁਸੀਂ ਗੱਲ ਕੀਤੀ ਕਿ ਜੇ ਪੁਲਿਸ ਨੇ ਚਲਾਨ ਪੇਸ਼ ਕਰਨਾ ਹੈ ਤਾਂ ਜਿਹੜਾ ਚਲਾਨ ਹੈ ਉਹ ਜਿਹੜਾ ਹੈਗਾ ਕਿ ਉਸਦੀ ਜਿਹੜੀ ਕਾਪੀ ਇੱਕ ਜਿਹੜੀ ਮੁਜਰਮ ਨੂੰ ਅਕਿਊਜ਼ ਨੂੰ ਦੇਣੀ ਹੁੰਦੀ ਹੈ, ਹਾਂਜੀ, ਉਹ ਜਿਹੜੀ ਹੈ ਇਲੈਕਟ੍ਰੋਨਿਕ ਮੀਡੀਅਮ ਦੇ ਥਰੂ ਵੀ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਨਾਲ ਇਹ ਵੀ ਥੋੜ੍ਹਾ ਜਿਹਾ ਦਰਸ਼ਕਾਂ ਦੀ ਜਾਣਕਾਰੀ 'ਚ ਵਾਧਾ ਕਰੋ ਕਿ ਜਿਹੜਾ ਚਲਾਨ ਪੇਸ਼ ਕਰਨ ਦਾ ਟਾਈਮ ਹੈ ਉਸ ਦੇ ਵਿੱਚ ਵੀ ਕੋਈ ਘਾਟਾ ਵਾਧਾ ਕੀਤਾ ਗਿਆ ਹੈ ਜੀ? ਉਸ ਦੇ ਵਿੱਚ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਟਾਈਮ ਪੀਰੀਅਡ ਦੇ ਵਿੱਚ ਕੋਈ ਘਾਟਾ ਵਾਧਾ ਨਹੀਂ ਕੀਤਾ ਗਿਆ, ਉਹ 60 ਅਤੇ 90 ਦਿਨ ਹੀ ਰੱਖੇ ਗਏ ਹਨ। ਠੀਕ ਹੈ ਜੀ, ਤਾਂ ਆਪਾਂ ਦੁਬਾਰਾ ਇਹ ਗੱਲ ਕਰ ਰਹੇ ਹਾਂ ਕਿ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਕਾਨੂੰਨ ਹੈ ਇਸਦਾ ਇੱਕ ਸਭ ਤੋਂ ਜਿਹੜਾ ਮੁੱਢਲਾ ਜਿਹੜਾ ਓਬਜੈਕਟਿਵ ਹੈ ਉਹ ਹੈਗਾ ਕਿ ਆਪਣੇ ਜਿਹੜੇ ਦੇਸ਼ ਦੇ ਵਸਿੰਦੇ ਹਨ ਜਾਂ ਕੋਈ ਵੀ ਵਿਅਕਤੀ ਹੈ ਉਸਨੂੰ ਛੇਤੀ ਨਿਆਂ ਦਿਵਾਉਣਾ। ਇਸ ਸਿਲਸਿਲੇ ਦੇ ਵਿੱਚ ਜਦ ਇਹ ਕਾਨੂੰਨ ਨੂੰ ਬਣਾਇਆ ਗਿਆ ਤਾਂ ਆਹ ਵੀ ਗੱਲ ਨੂੰ ਧਿਆਨ ਵਿੱਚ ਰੱਖਿਆ ਗਿਆ ਹੈ ਕਿ ਜਦ ਕੋਈ ਮੁਕੱਦਮਾ ਚੱਲਣਾ ਹੈ ਉਸਨੂੰ ਇੱਕ ਜਿਹੜਾ ਹੈ ਸਪੈਸੀਫਿਕ ਟਾਈਮ ਪੀਰੀਅਡ ਦੇ ਵਿੱਚ ਹੀ ਖਤਮ ਕਰਨਾ ਹੈ ਜੀ? ਇਸ ਤਰ੍ਹਾਂ ਦਾ ਨਹੀਂ ਹੈਗਾ, ਪਰ ਟਾਈਮ ਲਿਮਿਟ ਜ਼ਰੂਰ ਦਿੱਤੀ ਗਈ ਹੈ। ਠੀਕ ਹੈ ਜੀ, 60 ਦਿਨਾਂ ਦੇ ਵਿੱਚ ਵਿੱਚ ਕਮਿਟਲ ਪ੍ਰੋਸੀਡਿੰਗਸ ਆ ਜਿਹੜੀਆਂ ਉਹ ਕੰਪਲੀਟ ਕੀਤੀਆਂ ਜਾਣਗੀਆਂ, ਅਤੇ ਜਿਸ ਦਿਨ ਤੋਂ ਆਰਗੂਮੈਂਟ ਹੋ ਗਏ ਉਹਦੇ ਤੋਂ 30 ਦਿਨ ਦੇ ਵਿੱਚ ਵਿੱਚ ਜੱਜਮੈਂਟ ਆ ਜਿਹੜੀ ਉਹ ਪ੍ਰਨਾਊਂਸ ਕੀਤੀ ਜਾਏਗੀ। ਇਹ ਟਾਈਮ ਆ ਜਿਹੜਾ 45 ਡੇਜ਼ ਤੱਕ ਐਕਸਟੈਂਡ ਹੋ ਸਕਦਾ, ਪਰ ਉਹਦੇ ਤੋਂ ਜ਼ਿਆਦਾ ਨਹੀਂ, ਅਤੇ ਇਸ ਲਈ ਟਾਈਮ ਪੀਰੀਅਡ ਆ ਜਿਹੜਾ ਉਹਨੂੰ ਕਾਫ਼ੀ ਧਿਆਨ ਦੇ ਵਿੱਚ ਰੱਖਿਆ ਗਿਆ ਹੈ। ਚਾਰਜ ਫਰੇਮ ਹੋਣ ਕਮਿਟਲ ਤੋਂ ਲੈ ਕੇ ਚਾਰਜ ਫਰੇਮ ਹੋਣਾ ਜਿਹੜਾ ਉਹ 60 ਦਿਨਾਂ ਦੇ ਵਿੱਚ ਵਿੱਚ ਚਾਰਜ ਫਰੇਮ ਹੋਣਾ ਹੈ। ਠੀਕ ਹੈ ਜੀ, ਅਤੇ ਉਹਦੇ ਵਿੱਚ ਵੀ ਇੱਕ ਟਾਈਮ ਪੀਰੀਅਡ ਦਾ ਧਿਆਨ ਰੱਖਿਆ ਗਿਆ ਤਾਂ ਕਿ
ਉਸ ਦੇ ਵਿੱਚ ਕੋਈ ਜ਼ਿਆਦਾ ਲੰਬਾ ਗੈਪ ਨਾ ਪਵੇ ਅਤੇ ਲੋਕਾਂ ਨੂੰ ਜਲਦੀ ਨਿਆਂ ਮਿਲ ਸਕੇ ਅਤੇ ਟ੍ਰਾਇਲ ਜਲਦੀ ਸ਼ੁਰੂ ਹੋ ਸਕੇ। ਠੀਕ ਹੈ ਜੀ। ਅਸੀਂ ਕਈ ਵਾਰ ਇਹ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਲੋਕ ਹਨ ਜਾਂ ਆਪਣੀ ਜਿਹੜੀ ਉਹਨਾਂ ਦੀ ਸਿਕਿਉਰਿਟੀ ਹੈ ਜਾਂ ਸੁਰੱਖਿਆ ਹੈ, ਹਾਂਜੀ, ਉਸ ਦੇ ਨੂੰ ਡਰਦੇ ਹੋਏ ਜਿਹੜਾ ਹੈ ਅਦਾਲਤ ਦੇ ਵਿੱਚ ਜਾ ਕੇ ਜਿਹੜੀ ਆਪਣੀ ਗਵਾਹੀ ਨਹੀਂ ਦਿੰਦੇ, ਹਾਂਜੀ, ਜਾਂ ਫਿਰ ਗਵਾਹੀ ਦੇਣ ਜਾਂਦੇ ਹਨ ਤਾਂ ਲੋਕ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਹਨ ਕਿ ਜੇ ਤੁਸੀਂ ਗਵਾਹੀ ਸਾਡੇ ਖਿਲਾਫ਼ ਦਿੱਤੀ ਤਾਂ ਇਹਦਾ ਜਿਹੜਾ ਪਰਿਣਾਮ ਜਿਹੜੇ ਚੰਗੇ ਨਹੀਂ ਹੋਣਗੇ। ਹਾਂਜੀ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਹੈ, ਇਹਦੇ ਵਿੱਚ ਜਿਹੜਾ ਗਵਾਹ ਹੈ ਜਾਂ ਜਿਹਨੂੰ ਆਪਾਂ ਵਿਟਨੈਸ ਕਹਿੰਦੇ ਹਾਂ ਲੀਗਲ ਲੈਂਗੁਏਜ ਦੇ ਵਿੱਚ, ਉਸ ਦੀ ਸੁਰੱਖਿਆ ਦੇ ਲਈ ਵੀ ਕੁਛ ਪ੍ਰਾਵਧਾਨ ਕੀਤੇ ਗਏ ਹਨ ਜੀ? ਹਾਂਜੀ, ਇਹਦੇ ਵਿੱਚ ਜੋ ਵਿਟਨੈਸ ਪ੍ਰੋਟੈਕਸ਼ਨ ਸਕੀਮ ਹੈ, ਹਾਂਜੀ, ਉਹਦੇ ਲਈ ਵੀ ਇੱਕ ਸਪੈਸ਼ਲ ਸੈਕਸ਼ਨ ਰੱਖਿਆ ਗਿਆ ਹੈ। ਠੀਕ ਹੈ ਜੀ। ਅਤੇ ਇਹ ਸਟੇਟ ਗਵਰਨਮੈਂਟ ਦੇ ਲਈ ਮੈਂਡੇਟਰੀ ਕੀਤਾ ਗਿਆ ਕਿ ਉਹ ਵਿਟਨੈਸ ਪ੍ਰੋਟੈਕਸ਼ਨ ਸਕੀਮ ਹੈ ਜਿਹੜੀ ਉਹ ਪ੍ਰਿਪੇਅਰ ਕਰਨਗੇ ਅਤੇ ਉਹਨੂੰ ਨੋਟੀਫਾਈ ਕਰਨਗੇ। ਠੀਕ ਹੈ ਜੀ। ਇਹਦੇ ਨਾਲ ਕੀ ਹੋਏਗਾ ਵੀ ਇੱਕ ਇੰਸਟਰਕਸ਼ਨਸ ਟਾਈਪ ਆ ਜਾਣਗੀਆਂ। ਠੀਕ ਹੈ ਜੀ। ਅਤੇ ਇਨਵੈਸਟੀਗੇਟਿੰਗ ਏਜੰਸੀ ਨੂੰ ਵੀ ਪਤਾ ਹੋਏਗਾ ਵੀ ਜੇ ਕਿਸੇ ਵਿਟਨੈਸ ਨੂੰ ਕੋਈ ਧਮਕੀ ਦੇ ਰਿਹਾ ਅਤੇ ਉਹ ਗਵਾਹ ਨੂੰ ਵੀ ਪਤਾ ਹੋਏਗਾ ਵੀ ਜੇ ਮੇਰੇ ਨਾਲ ਕੱਲ੍ਹ ਨੂੰ ਕੋਈ ਗੱਲ ਹੋ ਰਹੀ ਹੈ ਤਾਂ ਮੈਂ ਕਿਹੜੇ ਕੋਲ ਅਪਰੋਚ ਕਰਨਾ ਹੈ, ਕਿਉਂ ਕੌਣ ਮੇਰੀ ਰੱਖਿਆ ਕਰਨ ਆ ਸਕਦਾ ਹੈ। ਅਤੇ ਇਹ ਸਕੀਮ ਹੈ ਜਿਹੜੀ ਇਹ ਜਸਟਿਸ ਸਿਸਟਮ ਦੇ ਵਿੱਚ ਇੱਕ ਹੀ ਬਹੁਤ ਹੀ ਵੱਡਾ ਕਦਮ ਹੈ। ਠੀਕ ਹੈ ਜੀ। ਸੋ ਕਹਿਣ ਦਾ ਭਾਵ ਹੈ ਕਿ ਜਿਹੜਾ ਭਾਰਤੀ ਨਾਗਰਿਕ ਸੁਰੱਖਿਆ ਕਾਨੂੰਨ ਹੈ ਇਸ ਦੇ ਵਿੱਚ ਜਿਹੜਾ ਹਰ ਤਰੀਕੇ ਨਾਲ ਇਸ ਗੱਲ ਦਾ ਖਿਆਲ ਰੱਖਿਆ ਗਿਆ ਹੈ ਕਿ ਕੋਈ ਵੀ ਵਿਅਕਤੀ ਜਿਹੜਾ ਹੈ ਕਿਸੇ ਵੀ ਤਰੀਕੇ ਦੇ ਨਾਲ ਮਾਣਯੋਗ ਅਦਾਲਤ ਦੇ ਵਿੱਚ ਆਉਂਦਾ ਹੈ ਜਾਂ ਕਿਤੇ ਹੋਰ ਵੀ ਕਿਸੇ ਵੀ ਫੌਜਦਾਰੀ ਦੀ ਜਿਹੜੀ ਪ੍ਰਕਿਰਿਆ ਹੈ ਉਹਦੇ ਉਹਦਾ ਹਿੱਸਾ ਬਣਦਾ ਹੈ ਤਾਂ ਉਸਦੇ ਸਾਰੇ ਹੱਕਾਂ ਦਾ, ਉਸਦੀ ਸੁਰੱਖਿਆ ਦਾ ਹਰ ਤਰੀਕੇ ਨਾਲ ਜਿਹੜਾ ਉਹ ਖਿਆਲ ਰੱਖਿਆ ਜਾਵੇ। ਹਾਂਜੀ, ਇਹ ਹਰ ਤਰੀਕੇ ਨਾਲ ਇਹ ਜਿਹੜਾ ਕਾਨੂੰਨ ਹੈ ਇਹ ਕੰਪਲੇਨੈਂਟ ਦੀ ਵੀ ਰਾਖੀ ਕਰਦਾ ਹੈ। ਹਾਂਜੀ। ਅਤੇ ਜੇ ਕੋਈ ਮੁਜਰਮ ਹੈ ਤਾਂ ਉਸਦੇ ਜੋ ਰਾਈਟ ਹਨ ਉਸਦੇ ਰਾਈਟ ਨੂੰ ਵੀ ਇਹਨਾਂ ਨੇ ਧਿਆਨ ਦੇ ਵਿੱਚ ਰੱਖਿਆ ਗਿਆ ਹੈ ਤਾਂ ਕਿ ਉਸਦੇ ਨਾਲ ਵੀ ਕੋਈ ਧੱਕਾ ਨਾ ਹੋਵੇ ਅਤੇ ਕੰਪਲੇਨੈਂਟ ਹੈ ਜਿਹੜਾ ਉਹਨੂੰ ਵੀ ਪ੍ਰੋਪਰ ਨਿਆਂ ਮਿਲ ਸਕੇ ਅਤੇ ਇੱਕ ਪ੍ਰੋਪਰ ਕ੍ਰਿਮੀਨਲ ਜਸਟਿਸ ਸਿਸਟਮ ਆ ਜਿਹੜਾ ਇਸ ਦੇਸ਼ ਦੇ ਵਿੱਚ ਉਹ ਚੱਲ ਸਕੇ। ਠੀਕ ਹੈ ਜੀ। ਸਾਨੂੰ ਸਮਾਂ ਜ਼ਿਆਦਾ ਹੋਰ ਨਹੀਂ ਦੇ ਰਿਹਾ ਕਿ ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾ ਸਕੀਏ। ਉਮੀਦ ਕਰਦੇ ਹਾਂ ਕਿ ਸਾਡਾ ਅੱਜ ਦਾ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋਵੇਗਾ। ਸਾਡਾ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਨਮਸਕਾਰ ਜੀ। ਧੰਨਵਾਦ।